ਹੈਲੋ, ਮੇਰਾ ਨਾਮ ਚੌਧਰੀ ਰਜਿੰਦਰ ਨਿੱਜਰ ਹੈਗਾ ਤੇ ਮੈਂ ਪੰਡੋਰੀ ਨਿੱਜਰਾਂ ਦਾ ਜੱਟ ਹੈਗਾ। ਜਿੰਨਾ ਚਿਰ ਤੁਸੀਂ ਆਪਣੇ ਪਿਓ ਦੇ ਨਹੀਂ ਬਣਦੇ ਤੁਹਾਨੂੰ ਪਾਰਬ੍ਰਹਮ ਦੀ ਸੁਰਤੀ ਨਹੀਂ ਆਏਗੀ। ਇਸ ਕਰਕੇ ਪਹਿਲਾਂ ਤੁਸੀਂ ਬ੍ਰਹਮ ਕੇ ਬੇਟੇ ਬਣੋ, ਫਿਰ ਤੁਸੀਂ ਪਾਰਬ੍ਰਹਮ ਦੀ ਬੇਟੀ ਬਣੋਗੇ। ਪਾਰਬ੍ਰਹਮ ਨਜ਼ਰ ਨਹੀਂ ਆਉਂਦਾ, ਇਹਨੂੰ ਸੁਪਰ ਨੈਚੁਰਲ ਫਾਦਰ ਕਹੀਦਾ ਹੈਗਾ। ਆ ਨੈਚੁਰਲ ਹੈਗਾ, ਪਹਿਲਾਂ ਨੈਚੁਰਲ ਫਾਦਰ ਦੀ ਬਣੋ, ਫਿਰ ਤੁਹਾਨੂੰ ਸੁਪਰ ਨੈਚੁਰਲ ਦੀ ਸੁਰਤੀ ਆਏਗੀ। ਇਸ ਕਲਯੁਗ ਵਿੱਚ ਅੰਧੇਰਾ ਹੁੰਦਾ ਹੈਗਾ ਤੇ ਬ੍ਰਹਮ ਜਿਹੜੇ ਹੁੰਦੇ ਨਿਕੰਮੇ ਹੋ ਜਾਂਦੇ ਨੇ। ਇਸ ਕਰਕੇ ਸਤਿਗੁਰੂ ਆਉਂਦਾ ਹੈਗਾ ਤੁਹਾਨੂੰ ਸੱਤ ਦਾ ਗਿਆਨ ਦੇਣ ਲਈ, ਜਿਹੜੀ ਹੈਗੀ ਅਬਸਲਿਊਟ ਟਰੁੱਥ। ਤੇ ਸੱਤ ਨੂੰ ਕਹਿੰਦੇ ਨੇ ਲੋਗੋ। ਲੋਗੋ ਹੈਗਾ ਐਂਡ ਪ੍ਰੋਡਕਟ ਆਫ ਲੋਜੀਕਲ ਰੀਜਨਿੰਗ। ਲੋਜੀਕਲ ਰੀਜਨਿੰਗ ਜਿਹੜਾ ਹੈਗਾ ਇਹ ਗੁਰ ਹੈਗਾ। ਆਪਾਂ ਕਹੀਦਾ ਸਵਾਲ ਕਰਨਾ ਇਹਦਾ ਗੁਰ ਕੀ ਹੈਗਾ, ਉਹ ਗੁਰ ਜਿਹੜਾ ਹੈਗਾ ਉਹ ਹੈਗਾ ਲੋਜੀਕਲ ਰੀਜਨਿੰਗ। ਉਹ ਸਿਰਫ ਜਿਉਂਦੇ ਹੀ ਕਰ ਸਕਦੇ ਨੇ, ਜਿਹੜੇ ਜਿਸ ਮਰਨੇ ਸੇ ਜਗ ਡਰੇ ਮੇਰੇ ਮਰਨੇ ਕੋਈ ਮਨ ਕੋ ਚਾਹੋ, ਜਿਹਨਾਂ ਦਾ ਮਨ ਜਾਗਿਆ ਹੋਵੇ, ਯਾਨੀ ਕਿ ਉਹਨਾਂ ਨੇ ਆਪਣੀ ਹੋਮੇ ਮਾਰੀ ਹੋਵੇ, ਉਹਦੇ ਲਈ ਤੁਹਾਨੂੰ ਮੈਂ ਇੱਕ ਦੱਸਦਾ ਹੈਗਾ ਵੀ ਕਿੱਦਾਂ ਹੁੰਦਾ ਹੈਗਾ। ਤੇ ਉਹ ਜਿਹੜਾ ਪਹਿਲਾ ਸਤਿਗੁਰੂ ਦੁਨੀਆਂ 'ਚ ਆਇਆ ਉਹ ਕ੍ਰਾਈਸਟ ਜੀਜ਼ ਸੀਗਾ। ਨਾਨਕ ਜਿਹੜਾ ਸੀ ਸੈਕਿੰਡ ਕਮਿੰਗ ਆਫ ਜੀਜ਼ ਹੈਗਾ ਤੇ ਸਭ ਤੋਂ ਵੱਡਾ ਸੀਗਾ। ਤੇ ਇਹ ਹੈਗਾ ਆਪਣੇ ਪਹਿਲਾ ਕਿੱਦਾਂ ਤੁਸੀਂ ਆਪਣਾ ਪਿਓ ਦੇ ਬਣਨਾ ਹੈਗਾ। ਮਿਡਲ ਈਸਟ ਵਿੱਚ ਜਿਹੜੇ ਜੁਡਾ ਟ੍ਰਾਈਬ ਦੇ ਲੋਕ ਸੀਗੇ ਨਾ, ਜੁਡਾ ਟ੍ਰਾਈਬ ਦੇ, ਉਹ ਬੜੇ ਕਲੈਵਰ ਸੀ। ਜਿੱਦਾਂ ਆਪਣੇ ਇੰਡੀਆ 'ਚ ਖੱਤਰੀ ਹੈਗੇ ਨੇ ਤੇ ਉਹਨਾਂ ਨੇ ਜੁਡਿਜ਼ਮ ਚਲਾਇਆ ਤੇ ਜੁਡਿਜ਼ਮ 'ਚ ਬਣ ਗਿਆ ਜੂ ਜਿਸਮ ਦੇ। ਜਦੋਂ ਜਿਸਮ ਦੇ ਜੂ ਬਣ ਗਿਆ ਤਾਂ ਉਹ ਫਿਰ ਉਹਦਾ ਕੋਵਨੈਂਟ ਇਬਰਾਹਿਮ ਨਾਲ ਟੁੱਟ ਗਿਆ ਕਿ ਉਹ ਜੂ ਨਹੀਂ ਸੀਗਾ, ਉਹ ਤਾਂ ਸਮੈਟਿਕ ਰੇਸ ਦਾ ਸੀਗਾ। ਤੇ ਉਹ ਟੁੱਟ ਕਰਕੇ ਉਹ ਅਨਫੇਥਫੁਲ ਹੋ ਗਿਆ ਤੇ ਜੀਜ਼ੇ ਨੂੰ ਫਿਰ ਕੁਆਰੀ ਦੇ ਜਨਮ ਲੈਣਾ ਪਿਆ, ਜਿਹੜਾ ਜਿਹਨੂੰ ਆਪਣੇ ਪਿਓ ਦਾ ਨਹੀਂ ਪਤਾ, ਆਪਣੇ ਉਹਦਾ ਸੁਰਤੀ ਨਹੀਂ ਹੈਗੀ ਹੁਣ ਪਾਰਬ੍ਰਹਮ ਦੀ ਕੀ ਸੁਰਤੀ ਹੋਈ। ਇਸ ਕਰਕੇ ਜਨਮ ਉਹਨੇ ਕੁਆਰੀ ਦੇ ਲੈਣਾ ਪਿਆ। ਤੇ ਇਹਦੀ ਸਾਰਾ ਜਿਹੜਾ ਹੈਗਾ ਮੈਂ ਉਹਦੀ ਵੈਬਸਾਈਟ 'ਤੇ ਤੁਸੀਂ ਆਰਟੀਕਲ ਪੜ੍ਹ ਸਕਦੇ ਹੈ ਅਤੇ ਬਹੁਤ ਸਾਰੇ ਲਿਖੇ ਨੇ ਮੈਂ ਅਤੇ ਹਰ ਇੱਕ ਕਿਸਮ ਦੇ ਹੈਗੇ। ਅਤੇ ਇਸ ਕਰਕੇ ਆਹ ਜਿਹੜਾ ਹੈਗਾ ਇਹਦੇ 'ਚ ਹੈਗਾ ਜੋਨ ਦੀ ਬਾਪਟਿਸਟ ਨੇ ਇਬਰਾਹਿਮ ਦੇ ਨਾਂ 'ਤੇ ਡੁਬਕੀ ਦਿੱਤੀ ਸੀ ਪਾਣੀ 'ਚ ਅਤੇ ਜੀਜ਼ ਨੂੰ ਦਿੱਤੀ ਸੀ ਉਹਦੇ ਪਿਓ ਹੈਵਨਲੀ ਫਾਦਰ ਯਾਵੇ ਦੇ ਨਾਂ 'ਤੇ। ਯਾਵੇ ਨੂੰ ਬ੍ਰਹਮਾ ਕਹੀਦਾ ਅਤੇ ਅਰਬੀ 'ਚ ਖੁਦਾ ਕਹੀਦਾ। ਇਹ ਸੁਰਤੀ ਵਾਲੇ ਲੋਕ ਸੀਗੇ। ਇਹਨਾਂ ਦਾ ਤਨ ਜਿਹੜਾ ਨਿਰਮਲ ਹੋ ਜਾਂਦਾ ਹੈਗਾ ਜਦੋਂ ਇਹ ਆਪਣੇ ਪਿਓ ਦੇ ਬਣਦੇ ਨੇ, ਸ਼ਿਵ ਦੇ ਪੁੱਤਰ। ਤੇ ਇਹ ਹੈਗੇ ਇਹੋ ਹੈਗੇ ਦੇ ਸ਼ਿਵਾ ਵਰ ਮੋਹੇ, ਇਹ ਜਿਹੜੇ ਹੈਗੇ ਨੇ ਪੁੱਤਰ ਹੈਗੇ ਨੇ, ਇਹ ਜਿਹੜੇ ਹੈਗੇ ਨੇ ਇਹ ਸੱਚੇ ਪਾਤਸ਼ਾਹ ਗੋਬਿੰਦ ਸਿੰਘ ਜੀ ਦੀ ਫੌਜ ਵਿੱਚ ਸੀਗੇ। ਤੇ ਖਾਲਸਿਆਂ ਦਾ ਇਹਨਾਂ ਨੇ ਅੰਮ੍ਰਿਤ ਛਕਿਆ। ਤੇ ਇਹਨਾਂ ਦੇ ਇੱਥੇ ਦਰਵਾਜ਼ਾ ਹੈਗਾ ਭੀੜਾ, ਆਪਣੀ ਜਿਹੜਾ ਬੀਜ ਹੈਗਾ ਜਿਹੜਾ ਉਹਨੂੰ ਬੀਜਣਾ ਹੈਗਾ, ਬੀਜ ਕੇ ਉਹਦਾ ਪੌਦਾ ਬਣਾਉਣਾ ਹੈਗਾ। ਜਦੋਂ ਪੌਦਾ ਬਣੇਗਾ ਤੇ ਜਿਹੜੀ ਸਰੀਰ ਦੀ ਹੋਮੇ ਮਰ ਜਾਂਦੀ ਹੈਗੀ ਉਦੋਂ ਫਿਰ ਫਲ ਲਿਆਉਂਦਾ ਪੌਦਾ ਪਾਰਬ੍ਰਹਮ ਲਈ, ਉਹਨੂੰ ਫਿਰ ਪਾਰਬ੍ਰਹਮ ਦੀ ਸੁਰਤੀ ਹੋ ਜਾਂਦੀ ਹੈਗੀ। ਉਹ ਫਿਰ ਐਸ ਭੀੜੀ ਗਲੀ ਨੂੰ ਸੋਚਦਾ ਹੈਗਾ ਇੱਥੇ ਵੜ ਕੇ ਤੇ ਆਪਣੇ ਜੀਜ਼ੇ ਦੇ ਨਾਲ ਉਹ ਜਾਂ ਨਾਨਕ ਦੇ ਨਾਲ ਗ੍ਰਾਫਟ ਕਰਕੇ ਉਹਨਾਂ ਤੋਂ ਫਿਰ ਸਿੱਖਦਾ ਹੈਗਾ। ਜਦੋਂ ਸਿੱਖੇ ਤਾਂ ਮਨ ਨਿਰਮਲ ਹੋ ਜਾਂਦਾ ਹੈਗਾ, ਤਨ ਨਿਰਮਲ ਜੋਨ ਦੀ ਬਾਪਟਿਸਟ ਨੇ ਕੀਤਾ, ਮਨ ਨਿਰਮਲ ਕ੍ਰਾਈਸਟ ਜੀਜ਼ੇ ਕ੍ਰਾਈਸਟ ਨਾਨਕ ਨੇ ਕੀਤਾ। ਕ੍ਰਾਈਸਟ ਨੂੰ
ਸਤਿਗੁਰੂ ਕਹੀਦਾ ਪੰਜਾਬੀ ਚ। ਜਦੋਂ ਤਨ ਮਨ ਨਿਰਮਲ ਹੋਏ ਤੇ ਆਦਮੀ ਖਾਲਸ ਹੋ ਜਾਂਦਾ ਹੈਗਾ। ਤੇ ਇਹ ਜਿਹੜੇ ਖਾਲਸ ਸੀਗੇ ਇਹਨਾਂ ਦੀ ਫਸਲ ਵਿਸਾਖੀ ਨੂੰ ਲੋਕੀ ਫਸਲ ਵੱਢ ਕੇ ਤੇ ਨੱਚਦੇ ਟੱਪਦੇ ਭੰਗੜੇ ਪਾਉਂਦੇ ਨੇ, ਖੁਸ਼ੀਆਂ ਮਨਾਉਂਦੇ ਨੇ ਵੀ ਚੰਗੀ ਹੋ ਗਈ ਫਸਲ। ਤੇ ਇਹ ਜਿਹੜਾ ਹੈਗਾ ਆਪਣੇ ਸਤਿਗੁਰੂ ਸੱਚੇ ਪਾਤਸ਼ਾਹ ਗੋਬਿੰਦ ਸਿੰਘ ਜੀ ਇਹ ਵੀ ਕਹਿੰਦੇ ਮੈਂ ਵੀ ਹੁਣ ਖੁਸ਼ੀਆਂ ਮਨਾਵਾਂ, ਫਸਲ ਜਿਹੜੀ ਨਾਨਕ ਤੇ ਜਿਹੜੇ ਬ੍ਰਾਹਮਣ ਸੀਗੇ ਜਿੰਨਾ ਚੰਗੇ ਸੀਗੇ ਉਹਨਾਂ ਨੇ ਹੁਣ ਤਿਆਰ ਕੀਤੀ ਹੋਈ, ਤਨ ਮਨ ਨਿਰਮਲ ਹੈਗਾ ਇਹਨਾਂ ਦਾ ਤੇ ਮੈਂ ਵੀ ਹੁਣ ਆਪਣੀਆਂ ਖੁਸ਼ੀਆਂ ਮਨਾਵਾਂ। ਉਹਨੇ ਫਿਰ ਇਹ ਵਿਸਾਖੀ ਦਾ ਮੇਲਾ ਲਗਾਇਆ ਸੀਗਾ, ਉਹਦੇ 'ਚ ਫਿਰ ਇਹ ਜਿਹੜਾ ਸੱਚੇ ਪਾਤਸ਼ਾਹ ਗੋਬਿੰਦ ਸਿੰਘ ਜੀ ਸੀਗੇ ਪਾਰ ਸ਼ਿਵ ਦੇ ਸੀਗੇ, ਉਹ ਪੁੱਤਰ ਪਾਰ ਸ਼ਿਵ ਸੀਗੇ ਉਹ ਆਪ। ਜਿੱਦਾਂ ਹੈ ਨਾ ਪਾਰ ਪਾਰ ਬ੍ਰਹਮ, ਬ੍ਰਹਮਾ ਦਾ ਪੁੱਤਰ ਹੈਗਾ ਨਾ ਆਹ, ਬ੍ਰਹਮ ਕੇ ਪੁੱਤਰ, ਬ੍ਰਹਮ ਕੇ ਬੇਟੇ ਸ਼ਬਦ ਪਛਾਤਾ, ਬ੍ਰਹਮ ਕੇ ਬੇਟੇ ਮੈਂ ਸ਼ਿਵ ਦਾ ਪੁੱਤਰ ਜਿਹੜਾ ਜਦੋਂ ਬਣਿਆ, ਬ੍ਰਹਮਾ ਦਾ ਪੁੱਤਰ ਜਿਹੜਾ ਸੀ ਉਹ ਸੀਗਾ ਬ੍ਰਹਮਾ ਵਿਸ਼ਨੂੰ ਸ਼ਿਵ, ਵਿਸ਼ਨੂੰ ਰਾਮ ਚੰਦਰ ਜੀ ਤੇ ਸ਼ਿਵ ਦੇ ਅਵਤਾਰ ਸੀ ਸ਼੍ਰੀ ਰਾਮ ਕ੍ਰਿਸ਼ਨ ਬਲਦੇਵ ਜੀ, ਉਹ ਵਿਸ਼ਨੂੰ ਦੇ ਨਹੀਂ ਸੀਗੇ ਸ਼ਿਵ ਦੇ ਸੀਗੇ। ਸ਼ਿਵ ਦੇ ਵਿੱਚ ਨੀਤੀ ਚੱਲਦੀ ਹੈਗੀ ਤੇ ਮਰਿਆਦਾ ਸੀਗੀ ਆਪਣੇ ਰਾਮ ਚੰਦਰ ਜੀ ਦੀ, ਰਾਮ ਚੰਦਰ ਜੀ ਮਰਿਆਦਾ ਪੁਰਸ਼ੋਤਮ ਅਵਤਾਰ ਤੇ ਕ੍ਰਿਸ਼ਨ ਨੀਤੀ ਪੁਰਸ਼ੋਤਮ ਅਵਤਾਰ, ਇਹ ਅਵਤਾਰ ਸੀਗੇ। ਕਲਯੁਗ ਵਿੱਚ ਪੁੱਤਰ ਆਉਂਦਾ ਹੈਗਾ ਪਰਬ੍ਰਹਮ ਦਾ, ਪਹਿਲਾ ਜਿਹੜਾ ਪੁੱਤਰ ਆਇਆ ਸੀ ਉਹ ਜੀਜੀ ਸੀਗਾ। ਇਸ ਕਰਕੇ ਜੇ ਤੁਸੀਂ ਉਹਦੀ ਕਿਤੇ ਬਾਣੀ ਪੜ੍ਹੋ, ਨਿਊ ਟੈਸਟਾਮੈਂਟ ਪੜ੍ਹਨਾ ਹੈਗਾ, ਓਲਡ ਨਹੀਂ, ਇਹਨਾਂ ਨੇ ਮਿਕਸ ਕਰ ਦਿੱਤਾ ਤੇ ਇਹਨਾਂ ਨੇ ਕਨਫਿਊਜ਼ਨ ਹੈਗੀ ਇਹਨਾਂ ਨੂੰ, ਇਹਨਾਂ ਨੂੰ ਇਹ ਨਹੀਂ ਪਤਾ ਵੀ ਬ੍ਰਹਮ ਅਤੇ ਪਰਬ੍ਰਹਮ ਵਿੱਚ ਕੀ ਫਰਕ ਹੈਗਾ। ਤੇ ਜੇ ਤੁਸੀਂ ਉਹਦਾ ਨਿਊ ਟੈਸਟਾਮੈਂਟ ਪੜ੍ਹੋ ਜਿਹੜਾ ਕਿ ਜੀਜੇ ਦੀ ਬਾਣੀ ਹੈਗੀ, ਉਹ ਪੈਰਾਬਲ 'ਚ ਹੈਗੀ। ਪੈਰਾਬਲ ਇਸ ਕਰਕੇ ਹੈਗੀ ਕਿ ਜਿਹਨਾਂ ਨੂੰ ਸੁਰਤੀ ਹੈਗੀ ਉਹੀ ਢੂੰ ਉਹੀ ਲੱਭਣਗੇ ਉਸ ਨੂੰ, ਤੇ ਜਿਹਨੂੰ ਨਹੀਂ ਉਹਨੇ ਪਰਬ੍ਰਹਮ ਨੇ ਦੇਣਾ ਉਹਨੂੰ ਨਹੀਂ ਮਿਲਦਾ ਇਹ ਨਾਮ, ਇਹ ਉਹਦੀ ਕਿਰਪਾ ਨਾਲ ਮਿਲਦਾ ਹੈਗਾ। ਤੇ ਉਹ ਤੁਸੀਂ ਜੇ ਤੁਸੀਂ ਪੜ੍ਹ ਲਵੋ, ਜੇ ਉਹ ਜਿਹੜੇ ਪੈਰਾਬਲ ਜੇ ਤੁਸੀਂ ਸਮਝ ਜਾਓ ਤਦ ਤੁਹਾਨੂੰ ਆਦਿ ਗ੍ਰੰਥ ਤੁਹਾਡੇ ਫਿੰਗਰ ਟਿਪ 'ਤੇ ਪਿਆਗਾ, ਨਹੀਂ ਤਾਂ ਆਦਿ ਗ੍ਰੰਥ ਦਾ ਤੁਸੀਂ ਕੁਛ ਨਹੀਂ ਲੱਭ ਸਕਦੇ। ਸੋਚਿਆ ਸੋਚਣਾ ਹੋਈ ਜੇ ਸੋਚੀ ਲਖਵਾਰ, ਇਹਦਾ ਜਿਹੜਾ ਬਾਣੀ ਹੈਗਾ ਜਪਜੀ ਸਾਹਿਬ ਦਾ ਹੈਗਾ ਪੌੜੀ 'ਚ, ਇਹਦਾ ਕੋਈ ਵੀ ਨਹੀਂ ਅਰਥ ਕਰ ਸਕਦਾ, ਜੇ ਕੋਈ ਕਰਦਾ ਤਾਂ ਮੈਨੂੰ ਦੱਸੇ। ਤੇ ਜਦੋਂ ਆਦਮੀ ਹੋਮੇ 'ਚ ਹੁੰਦਾ ਨਾ ਉਦੋਂ ਸੁਰਤੀ ਨਹੀਂ ਹੁੰਦੀ, ਇਹ ਜਿਹੜਾ ਹੈਗਾ ਸੁਰਤੀ ਉਪਦੇਸ਼ ਹੈਗਾ ਸਿੱਖਾਂ ਨੂੰ ਜਿਹੜਾ ਦੇਣਾ ਪਰਬ੍ਰਹਮ ਦਾ ਗਿਆਨ, ਜਿਹਦੀ ਸੁਰਤੀ ਨਹੀਂ ਹੈਗੀ ਉਹ ਪਾਰ ਨਹੀਂ ਪਾ ਸਕਦਾ। ਤੇ ਇਹ ਫਿਰ ਜਿਹੜੇ ਸੀਗੇ ਸੱਚੇ ਪਾਤਸ਼ਾਹ ਗੋਬਿੰਦ ਸਿੰਘ ਜੀ, ਇਹ ਰਾਈਟੀਅਸਨੈਸ ਨਾਲ ਰਾਈਟੀਅਸਨੈਸ ਲਈ ਲੜਦੇ ਸੀਗੇ, ਜਿੱਦਾਂ ਕਿ ਕ੍ਰਿਸ਼ਨ ਬਲਦੇਵ ਨੇ ਰਾਈਟੀਅਸਲੀ ਕਿਹਾ ਸੀ ਪਾਂਡੂਆਂ ਨੂੰ, ਉਹ ਵਿਸ਼ਾਲ ਜੀ ਤੁਹਾਡੇ ਕੈਰੋ ਭਰਾ ਹੈਗੇ ਨੇ, ਰਿਸ਼ਤੇਦਾਰ ਹੈਗੇ ਨੇ, ਪਰ ਆਪਣੇ ਹੱਕ ਲਈ ਲੜਨਾ ਇਹ ਧਰਮ ਹੈਗਾ। ਇਸ ਕਰਕੇ ਪਾਰਸ਼ਿਵ ਸੱਚੇ ਪਾਤਸ਼ਾਹ ਗੋਬਿੰਦ ਸਿੰਘ ਜੀ, ਉਹ ਗੋਬਿੰਦ ਰਾਏ ਸੀ ਨਾ ਪਹਿਲਾਂ ਤਾਂ, ਫਿਰ ਸਿੰਘ ਬਾਅਦ ਵਿੱਚ ਹੋਏ ਨਾ, ਗੋਬਿੰਦ ਰਾਏ ਜੀ ਸੋਢੀ ਖੱਤਰੀ, ਉਹ ਪਾਰ ਸ਼ਿਵ ਦੇ ਪੁੱਤਰ ਪਾਰ ਸ਼ਿਵ ਸਨ, ਆਪ ਪਾਰ ਸ਼ਿਵ ਦੇ ਪੁੱਤਰ ਲਾ ਲਓ ਚਲੋ, ਕਿ ਉਹ ਜਿੱਦਾਂ ਹੈਗਾ ਨਾ ਪਾਰ ਵਿਸ਼ਨੂੰ ਦੇ ਜਿਹੜਾ ਸੀਗਾ ਨਾ ਪਾਰ ਵਿਸ਼ਨੂੰ ਦੇ ਯਾਨੀ ਵਿਸ਼ਨੂੰ ਦੇ ਪੁੱਤਰ, ਪਾਰ ਵਿਸ਼ਨੂੰ ਦੇ ਪੁੱਤਰ ਉਹ ਨਾਨਕ ਸੀਗੇ ਨਾ,
ਇਹ ਪਾਰ ਸ਼ਿਵ ਦੇ ਪੁੱਤਰ ਹੈਗੇ, ਪਾਰ ਸ਼ਿਵ ਨੂੰ ਰਿਪ੍ਰਜੈਂਟ ਕਰਦੇ ਨੇ ਸੱਚੇ ਪਾਤਸ਼ਾਹ ਗੋਬਿੰਦ ਰਾਏ ਜੀ। ਇਹਨਾਂ ਨੇ ਫਿਰ ਕਿਰਪਾਨ ਜਿੱਦਾਂ ਨਾ ਕਾਲੀ ਹੈਗੀ ਬ੍ਰਹਮਾ ਵਿਸ਼ਨੂੰ ਸ਼ਿਵ, ਸ਼ਿਵ ਦੀ ਜਿਹੜੀ ਹੈਗੀ ਉਹ ਕਾਲੀ ਹੈਗੀ ਨਾ, ਉਹਦੀ ਜਿਹੜੀ ਸ਼ਕਤੀ ਉਹ ਖੂਨ ਮਨ ਖੂਨ ਪੀ ਕੇ ਖੁਸ਼ ਹੁੰਦੀ ਹੈਗੀ। ਖੂਨ ਕਿਹਨਾਂ ਦਾ, ਜਿਹੜੇ ਬੇਈਮਾਨ ਹੈਗੇ ਨੇ, ਉਹਨਾਂ ਧਰਤੀ ਰਹਿਣ ਦਾ ਕੋਈ ਹੱਕ ਨਹੀਂ ਹੈਗਾ। ਪਰ ਕਲਯੁੱਗ ਵਿੱਚ ਉਹਨਾਂ ਦੀ ਜ਼ਬਰਦਸਤ ਹੁੰਦੀ ਅਤੇ ਉਹਨਾਂ ਨੂੰ ਫਿਰ ਮੁਕਾਬਲਾ ਕਰਨਾ ਪੈਂਦਾ ਗਾ ਸੱਚੇ ਪਾਤਸ਼ਾਹ ਗੋਬਿੰਦ ਸਿੰਘ ਜੀ ਦੇ ਖਾਲਸਿਆਂ ਨੇ ਕੀਤਾ ਸੀਗਾ। ਉਹਨਾਂ ਨੇ ਕਿਸੇ ਮੁਗਲਾਂ ਨਾਲ ਜਾਂ ਕਿਸੇ ਨਾਲ ਦੁਸ਼ਮਣੀ ਨਹੀਂ ਸੀਗੀ, ਉਹ ਦੁਨਿਆਵੀ ਚੱਪਾ ਵੀ ਨਹੀਂ, ਦੁਨਿਆਵੀ ਜ਼ਮੀਨ ਦਾ ਚੱਪਾ ਵੀ ਨਹੀਂ ਉਠਾਉਂਦੇ ਸੀਗੇ। ਉਹਨਾਂ ਦਾ ਤਾਂ ਰੂਹਾਨੀ ਰਾਜ ਸੀਗਾ, ਉਹਨਾਂ ਦਾ ਦਿਲਾਂ 'ਤੇ ਰਾਜ ਹੁੰਦਾ ਹੈਗਾ, ਦਿਲਾਂ 'ਤੇ ਹੁੰਦਾ, ਜਿਸਮ 'ਤੇ ਨਹੀਂ ਹੁੰਦਾ। ਜਿਸਮ 'ਤੇ ਹੁੰਦਾ ਬਾਦਸ਼ਾਹ ਦਾ ਰਾਜ, ਬਾਦਸ਼ਾਹ 'ਤੇ ਸ਼ਹਿਨਸ਼ਾਹ। ਜਿਹੜਾ ਰੋਇਲ ਕਿੰਗ ਹੁੰਦਾ ਹੈਗਾ ਉਹ ਦਿਲਾਂ 'ਤੇ ਕਰਦਾ ਹੈਗਾ। ਉਹਨਾਂ ਨੇ ਦਿਲਾਂ 'ਤੇ ਕੀਤਾ। ਜਦੋਂ ਤੁਸੀਂ ਪਰਉਪਕਾਰ ਕਰਦੇ ਆ, ਉਹ ਜਿਹੜਾ ਜਿਹਦੇ 'ਤੇ ਜਿਹਨੇ ਜਿਹਨੂੰ ਤੁਸੀਂ ਇਨਸਾਫ ਕਰਕੇ ਦਿੰਦੇ ਹੈ, ਲੈ ਕੇ ਦਿੰਦੇ ਹੈ, ਉਹ ਦਿਲੋਂ ਤੁਹਾਡਾ ਬੜਾ ਸ਼ੁਕਰਗੁਜ਼ਾਰ ਹੁੰਦਾ ਹੈ। ਉਹਦਾ ਪੈਸੇ ਨਹੀਂ ਕੀਮਤ ਪਾ ਸਕਦੇ। ਇਸ ਕਰਕੇ ਉਹਨਾਂ ਨੇ ਸਿਰ ਮੰਗੇ ਸੀਗੇ ਸ਼ਿਵ, ਸ਼ਿਵ ਜਿਹੜਾ ਖੂਨ ਪੀ ਕੇ ਖੂਨ ਲੈਗਾ ਨਾ ਉਹ, ਅਤੇ ਉਹਨੇ ਉਹਨਾਂ ਨੇ ਫਿਰ ਪਾਰ ਸ਼ਿਵ ਨੇ ਆਪਣੇ ਸਿਰ ਮੰਗੇ ਸੀਗੇ। ਜਿਹਨਾਂ ਪੰਜਾਂ ਨੇ ਦਿੱਤੇ ਸੀਗੇ ਸਿਰ, ਉਹਨਾਂ ਦੇ ਸਿਰ ਸਟੇਜ 'ਤੇ ਲਾਏ ਸੀਗੇ, ਤੰਬੂ 'ਚ ਨਹੀਂ ਲੈ ਕੇ ਗਏ। ਤੰਬੂ 'ਚ ਲੈ ਜਿਹੜਾ ਪਾਇਆ ਨਾ, ਤੰਬੂ 'ਚ ਲੈ ਕੇ ਗਿਆ, ਇਹ ਖੱਤਰੀਆਂ ਦਾ ਹੈਗਾ। ਖੱਤਰੀਆਂ ਨੇ ਬਹੁਤ ਹੇਰਾ ਫੇਰੀ ਕੀਤੀ ਬਾਣੀ 'ਚ ਵੀ ਅਤੇ ਉੱਦਾਂ ਵੀ ਲਿਖਣਾ 'ਚ, ਆਪਣੀਆਂ ਕਿਤਾਬਾਂ ਛਾਪ ਛਾਪ ਕੇ ਕੋਈ ਇੱਧਰ ਉੱਧਰ ਉਹਨਾਂ ਥੋੜ੍ਹਾ ਜਿਹਾ ਬਦਲ ਦਿੰਦੇ ਨੇ, ਲੋਕ ਉਹ ਪੜ੍ਹਨ ਲੱਗ ਪੈਂਦੇ ਨੇ, ਉਹਨਾਂ ਦੀ ਵਿਕਰੀ ਹੋ ਜਾਂਦੀ ਹੈਗੀ। ਇਹ ਕਿਤਾਬਾਂ ਵੇਚਣ ਦੇ ਢੰਗ ਹੈਗੇ ਨੇ। ਇਸ ਕਰਕੇ ਤੁਸੀਂ ਆਪਣੀ ਸੁਰਤੀ ਨਾਲ ਚੱਲਣਾ ਹੈਗਾ, ਕਿਤਾਬਾਂ ਨਾਲ ਨਹੀਂ ਚੱਲਣਾ ਵੀ ਫਲਾਨੀ ਕਿਤਾਬ ਵਿੱਚ ਆਹ ਲਿਖਿਆ ਜਾਂ ਉਹ ਲਿਖਿਆ ਹੈਗਾ। ਅਤੇ ਇਹ ਜਿਹੜਾ ਸੀਗਾ ਵੀ ਪੰਜਾਂ ਦੇ ਸਟੇਜ ਸਿਰ 'ਤੇ ਲਾਏ ਸੀਗੇ, ਉਹ ਇੱਕ ਸਿੱਖ ਨੈੱਟ ਦੀ ਵੈਬਸਾਈਟ 'ਤੇ ਮੈਂ ਦੇਖਿਆ ਕਿ ਕੋਈ ਉੱਥੇ ਇਹਦਾ ਜਿੱਥੇ ਤਾਜ ਮਹਿਲ ਹੈਗਾ ਨਾ, ਉੱਥੇ ਦਾ ਅਲੀਗੜ੍ਹ ਯੂਨੀਵਰਸਿਟੀ ਦਾ ਕੋਈ ਉਹਨਾਂ ਦੀ ਲਾਇਬ੍ਰੇਰੀ 'ਚ ਪਈ ਲਿਖਤ ਕਿਸੇ ਦੀ, ਜਿਹੜਾ ਕਿ ਉਹ ਉੱਥੇ ਉਹਦਾ ਜਹਾਂਗੀਰ ਆਪਣੇ ਸੀਗਾ, ਔਰੰਗਜ਼ੇਬ ਦਾ ਜਸੂਸ ਸੀਗਾ ਜਿਹੜਾ, ਉਹ ਵੀ ਉੱਥੇ ਸੀਗਾ ਜਲਸੇ 'ਚ, ਅਤੇ ਉਹਨੇ ਸਾਰੀ ਕਹਾਣੀ ਲਿਖੀ ਹੈਗੀ। ਅਤੇ ਉਹਨਾਂ ਨੇ ਪੰਜਾਂ ਦੇ ਸਿਰ ਸਟੇਜ 'ਤੇ ਲਾਏ ਸੀਗੇ, ਫਿਰ ਇੱਕ ਦਾ ਸਿਰ ਅਤੇ ਦੂਜੇ ਦਾ ਧੜ ਸੀਤਾ ਸੀਗਾ, ਧੜ ਸੀ ਕੇ ਫਿਰ ਅੰਮ੍ਰਿਤ ਤਿਆਰ ਕੀਤਾ ਸੀ। ਅੰਮ੍ਰਿਤ ਤਿਆਰ ਕੀਤਾ ਸੀ ਬਾਣੀ ਨਾਲ, ਬਾਣੀ ਜਿਹੜੀ ਕਿ ਇਹ ਤੁਹਾਨੂੰ ਇਹ ਮੁਕਤ ਕਰਦੀ ਹੈਗੀ। ਅਤੇ ਪਤਾਸੇ ਪਾਏ ਸੀਗੇ ਮਹਾਦੇਵਨ ਨੇ, ਮਹਾਦੇਵਨ ਜਿਹੜੀ ਹੈਗੀ ਉਹ ਹੋਲੀ ਸਪਿਰਿਟ ਨੂੰ ਰਿਪ੍ਰਜੈਂਟ ਕਰਦੀ ਹੈਗੀ। ਹੋਲੀ ਸਪਿਰਿਟ ਹੈਗੀ ਵੈਰੀ ਸਪਿਰਿਟ ਆਫ ਗੋਡ। ਇਹ ਜਿਹੜਾ ਪਾਰਸ਼ਿਵ ਹੈਗਾ ਉਹ ਗੋਡ ਨੂੰ ਕਰਦਾ ਹੈਗਾ ਉਹਦਾ ਪੁੱਤਰ, ਪੁੱਤਰ ਨਹੀਂ, ਉਹ ਗੋਡ ਨੂੰ ਖੁਦ ਕਰਦਾ ਹੈਗਾ ਪਾਰਸ਼ਿਵ। ਜਿੱਦਾਂ ਕਹਿੰਦਾ ਬ੍ਰਹਮਾ ਵਿਸ਼ਨੂੰ ਸ਼ਿਵ, ਵਿਸ਼ਨੂੰ ਮੈਨੂੰ ਤਾਕਤ ਹੈਗੀ ਕਿਤੇ ਜੀਵ ਦੀ ਹੱਤਿਆ ਕਰਨੀ, ਜਿਹੜਾ ਪਾਰਸ਼ਿਵ ਹੈਗਾ ਉਹਨੂੰ ਇਜਾਜ਼ਤ ਹੈਗੀ। ਇਸੇ ਕਰਕੇ ਜਦੋਂ ਕ੍ਰਿਸ਼ਨ ਜੀ ਮਹਾਰਾਜ ਨੇ ਆਪਣਾ ਮੂੰਹ ਖੋਲ੍ਹ ਕੇ ਤਾਂ ਉਹਨੂੰ ਅਰਜਨ ਨੂੰ ਦਿਖਾ ਲਿਆ ਸਾਰੀ ਦੁਨੀਆ ਮੇਰੇ ਵੱਸ ਸੀਗੀ, ਤਦ ਉਹਨੂੰ ਤਸੱਲੀ ਹੋ ਗਈ, ਤਾਂ ਤਦ ਉਹ ਲੜਿਆ ਸੀਗਾ। ਅਤੇ ਇਹ ਫਿਰ ਪੰਜਾਂ ਦੇ ਜਦੋਂ ਉਹਨਾਂ ਨੇ ਪਤਾਸੇ ਪਾਏ ਸੀਗੇ ਮਹਾਂਦੇਵਨ ਨੇ, ਮਹਾਂਦੇਵ ਹੈਗੀ ਹੋਲੀ ਸਪਿਰਿਟ, ਯਾਨੀ ਕਿ ਤੁਸੀਂ ਖਾਲਸਾ ਜਿਹੜਾ ਹੋਏਗਾ ਇੱਕ ਦੂਜੇ ਦੀ ਸੁਰਤੀ ਨਾਲ ਚੱਲੇਗਾ
ਤੇ ਇੱਕ ਦੂਜੇ ਨਾਲ ਪਿਆਰ ਕਰੇਗਾ ਜਿੱਦਾਂ ਕਿ ਇੱਕ ਪਿਓ ਦੇ ਪੁੱਤਰ ਕਰਦੇ ਨੇ। ਇੱਕ ਪੁੱਤਰ ਹੈਗਾ ਪਰ ਅਕਾਲ ਪੁਰਖ, ਅਕਾਲ ਪੁਰਖ ਦੀ ਉਹ ਖਾਲਸਾ ਫੌਜ ਬਣਦੇ ਨੇ। ਉਹ ਅੰਮ੍ਰਿਤ ਤਿਆਰ ਕਰਕੇ ਉਹਨਾਂ ਨੇ ਮੂੰਹ ਚ ਪਾਇਆ ਸੀ, ਉਹਦੇ ਨਾਲ ਉਹ ਜੀਵਿਤ ਹੋ ਗਏ ਸੀਗੇ ਤੇ ਉਹ ਵੈਗ ਸੀਗੇ ਖਾਲਸੇ। ਹੁਣ ਜਦੋਂ ਅੰਮ੍ਰਿਤ ਛਕ ਲਿਆ ਉਦੋਂ ਫਿਰ ਇੱਕ ਦਾ ਸਿਰ ਤੇ ਦੂਜੇ ਦਾ ਧੜ ਹੈਗਾ, ਕਿਹਦੇ ਘਰ ਜਾਣਗੇ? ਇਸ ਕਰਕੇ ਉਹਨਾਂ ਨੇ ਸਿੰਘਾਂ ਦੀ ਉਹਨਾਂ ਨੇ ਸਿਰਾਂ ਦੀ ਮੰਗ ਮੰਗੀ ਸੀਗੀ। ਜਿੱਦਾਂ ਆਪਾਂ ਦੇਖ ਕਰੀਦਾ ਨਾ ਕਿਸੇ ਨੂੰ ਉੱਥੇ ਕੁੱਕੜ ਜਾਂ ਹੋਰ ਦੇਣਾ ਹੁੰਦਾ ਕਿਸੇ ਨੂੰ ਦਾਨ, ਕਿਸੇ ਨੂੰ ਉਹ ਦਾਨ ਕਰਕੇ ਕੁੱਕੜੀ ਨਹੀਂ ਦਿੰਦੇ, ਕੁੱਕੜ ਦਿੰਦੇ ਨੇ ਤੇ ਉਹਦੇ ਬਾਅਦ ਉਹਦੇ ਤੋਂ ਵਾਪਸ ਨਹੀਂ ਲੈ ਲਈਦਾ। ਉਹ ਭੇਟ ਭੇਟ ਦਿੱਤਾ ਤੁਸੀਂ ਭੇਟ ਭੇਟਿਆ ਕਿ ਹੁਣ ਕਿਸੇ ਉਹਨਾਂ ਨੇ ਸੱਚੇ ਪਾਤਸ਼ਾਹ ਗੋਬਿੰਦ ਰਾਏ ਜੀ ਨੇ ਸਿਰਾਂ ਦੀ ਭੇਟ ਮੰਗੀ ਸੀਗੀ, ਜਿਹਨਾਂ ਨੇ ਦਿੱਤੀ ਉਹਨਾਂ ਨੇ ਫਿਰ ਖਾਲਸੇ ਬਣੇ। ਜਦੋਂ ਅੰਮ੍ਰਿਤ ਵਿੱਚ ਮੂੰਹ ਚ ਪਿਆ ਤਾਂ ਉਹ ਜਾਗ ਪੈ ਤੇ ਖਾਲਸੇ ਬਣ ਗਏ। ਹੁਣ ਕਿਹਦੇ ਘਰ ਜਾਣਗੇ, ਸ਼ੇਰ ਵਾਲੇ ਦੇ ਘਰ ਜਾਣਗੇ ਕਿ ਧੜ ਵਾਲੇ ਦੇ ਘਰ ਜਾਣਗੇ? ਉਹ ਕਿਸੇ ਦੇ ਨਹੀਂ ਜਾਂਦੇ। ਉਹਨਾਂ ਨੇ ਆਪਣਾ ਆਪ ਅਕਾਲ ਪੁਰਖ ਨੂੰ ਭੇਂਟ ਕਰ ਦਿੱਤਾ। ਜਦੋਂ ਪੇਂਟ ਕਰ ਦਿੱਤਾ ਤੇ ਫਿਰ ਉਹ ਖਾਲਸਾ ਜਿਹੜਾ ਹੁੰਦਾ ਹੈਗਾ ਉਹ ਘਰ ਨਹੀਂ ਜਾਂਦਾ, ਉਹ ਕਾਠੀਆਂ ਤੇ ਸੌਂਦਾ ਹੈਗਾ, ਨਾ ਉਹ ਕਿਸੇ ਦੇ ਘਰ ਸੌਂਦਾ ਹੈਗਾ, ਆਪਣੇ ਬਾਹਰ ਜੰਗਲਾਂ ਚ ਕਾਠੀਆਂ ਤੇ। ਕਿਉਂ? ਜਿਹੜੇ ਘਰ ਹੈਗੇ ਨੇ ਇਹ ਕੌਮਾਂ ਦੇ ਘਰ ਹੈਗੇ, ਕੋਈ ਜੱਟ ਦਾ, ਕੋਈ ਚੂੜੇ ਦਾ, ਕੋਈ ਚਮਾਰ ਦਾ, ਕੋਈ ਖੱਤਰੀ ਦਾ, ਕੋਈ ਅਰੋੜੇ ਦਾ, ਇਹ ਘਰ ਹੈਗੇ ਨੇ। ਇਹਨਾਂ ਘਰਾਂ ਚ ਨਹੀਂ ਉਹ ਸੌਂਦੇ, ਉਹ ਵਿਲਡਰਨੈਸ ਵਿੱਚ ਬਾਹਰ ਜੰਗਲਾਂ ਚ ਕਾਠੀ ਤੇ ਸੌਂਦੇ ਨੇ। ਤੇ ਉਹ ਜਦੋਂ ਕਿਸੇ ਦਾ ਕਿਸੇ ਨੂੰ ਬੇਇਨਸਾਫੀ ਹੋਵੇ ਉਹਨਾਂ ਕੋਲ ਜਾਵੇ, ਉਹ ਤੁਹਾਡੀ ਮਦਦ ਕਰਨਗੇ ਤੇ ਇੱਕ ਪੈਸਾ ਨਹੀਂ ਲੈਣਗੇ। ਫਿਲੰਥਰੋਪਿਕ, ਪਰਉਪਕਾਰੀ, ਤੇ ਸੱਚੇ ਪਾਤਸ਼ਾਹ ਗੋਬਿੰਦ ਸਿੰਘ ਜੀ ਵੀ ਪਰਉਪਕਾਰੀ ਸਨ। ਤੇ ਉਹਨਾਂ ਨੇ ਜਦੋਂ ਫਿਰ ਸਟੇਜ ਤੇ ਇੱਕ ਗਧਾ ਲਿਆਂਦਾ ਸੀਗਾ, ਗਧੇ ਉੱਤੇ ਪਾਈ ਸੀ ਸ਼ੇਰ ਦੀ ਖੱਲ, ਤੇ ਗਧਾ ਜਦੋਂ ਹਿੰਕਿਆ ਤੇ ਫਿਰ ਸੰਗਤ ਨੇ ਪੁੱਛਿਆ ਜੀ ਇਹ ਕੀ ਕੌਤਕ ਹੈਗਾ? ਉਹਨਾਂ ਕਿਹਾ ਵੀ ਇੱਕ ਦਿਨ ਆਏਗਾ ਇਹ ਖਾਲਸੇ ਜਿਹੜੇ ਨੇ ਇਹ ਮਲੇਸ਼ ਹੋ ਜਾਣਗੇ, ਕਹਿਣਗੇ ਆਪਣੇ ਆਪ ਨੂੰ ਖਾਲਸੇ, ਲੇਕਿਨ ਹੋਣਗੇ ਗ੍ਰਿਸ਼ਤੀ ਫਿਰ। ਤੇ ਇਹ ਉਹ ਹੈਗੇ ਨੇ ਜਿਹੜੇ ਗ੍ਰਿਸ਼ਤੀ ਖਾਲਸੇ, ਮਲੇਸ਼ ਖਾਲਸੇ ਜਿਹੜੇ ਨੇ ਅੱਜ ਕੱਲ੍ਹ ਇਹ ਗੁਰਦੁਆਰਿਆਂ 'ਚ ਜਾਂਦੇ ਨੇ ਕਿਰਪਾਨਾ ਪਾ ਕੇ, ਜਿੱਥੇ ਨਾ ਕੋਈ ਵੈਰੀ ਨਾ ਹੈ ਬਗਾਨਾ, ਅਤੇ ਅਕਾਲ ਤਖ਼ਤ ਤੁਰੇ ਫਿਰਦੇ ਨੇ। ਉੱਥੇ ਅਕਾਲ ਤਖ਼ਤ ਜਾਂ ਹਰਿਮੰਦਰ ਸਾਹਿਬ ਸੱਚੇ ਪਾਤਸ਼ਾਹ ਗੋਬਿੰਦ ਸਿੰਘ ਜੀ ਤਾਂ ਗਏ ਨੇ, ਅਤੇ ਉਹਨਾਂ ਦਾ ਪੁੱਤਰ ਕੀ ਕਰਦੇ ਨੇ ਉੱਥੇ? ਖਾਲਸੇ ਉਹਨਾਂ ਦੇ ਪੁੱਤਰ ਹੈਗੇ ਨੇ। ਅਤੇ ਇਹ ਜਿਹੜੀ ਹੈਗੀ ਸਾਰੀ ਅਕਲ ਜਾਂ ਇਹ ਕਿੱਦਾਂ ਹੈਗਾ, ਇਹ ਮੇਰੀ ਤੁਸੀਂ ਜੇ ਪੰਜਾਬੀ 'ਚ ਲਿਖੀ ਗਈ ਆਪਣੇ ਆਰਟੀਕਲ, ਉਹ ਮੈਂ ਜਿਹੜਾ ਇੱਥੇ ਪਾ ਦਿੱਤੀ ਉੱਪਰ ਆਪਣੇ ਡਿਸਕ੍ਰਿਪਸ਼ਨ 'ਚ, ਉਹ ਤੁਸੀਂ ਪੜ੍ਹੋ, ਉਹਦੇ ਤੋਂ ਤੁਹਾਨੂੰ ਪਤਾ ਲੱਗ ਜਾਏਗਾ ਵੀ ਖਾਲਸਾ ਕਿੱਦਾਂ ਸੱਜਿਆ ਸੀਗਾ। ਫਿਰ ਖਾਲਸੇ ਜਿਹੜੇ ਹੁੰਦੇ ਤਿੰਨ ਕਿਸਮ ਦੇ ਹੁੰਦੇ ਨੇ, ਬੇਮੁੱਖ, ਮਨਮੁੱਖ ਤੇ ਗੁਰਮੁੱਖ। ਇਹ ਜਿਹੜੀਆਂ ਚੀਜ਼ਾਂ ਲੱਗਦੀਆਂ ਇਹ ਆਪਣੇ ਦੁਨਿਆਵੀ ਚੀਜ਼ਾਂ ਲੱਗਦੀਆਂ, ਜਿਹੜੇ ਇੱਕਮਿਕ ਹੋ ਜਾਣ, ਪਾਰਬ੍ਰਹਮ ਨਾ ਹੋ ਜਾਣ, ਉਹਨਾਂ 'ਤੇ ਨਹੀਂ ਲੱਗਦੀ ਇਹ ਟ੍ਰੀਨਿਟੀ, ਇਹ ਟ੍ਰੀਨਿਟੀ ਹੈਗੀ। ਬੇਮੁੱਖ ਦੀ ਮਿਸਾਲ ਸੀਗੀ 40 ਮੁੱਖ ਤੇ, ਉਹਨਾਂ ਨੇ ਅੰਮ੍ਰਿਤ ਛਕਿਆ ਸੀਗਾ, ਜਦੋਂ ਉੱਥੇ ਭੁੱਖੇ ਰਹਿਣਾ ਪਿਆ ਤੇ ਦੌੜਿਆ ਹੈ, ਬਜਾਵਾ ਲਿਖ ਕੇ ਆ ਗਿਆ ਜੀ ਅਸੀਂ ਨਹੀਂ ਤੇਰੇ ਖਾਲਸੇ ਤੇ ਸਾਨੂੰ ਭੁੱਖਿਆ ਮਾਰ ਦਿੱਤਾ ਤੂੰ। ਤੇ ਜਦੋਂ ਆਏ ਉੱਥੇ ਪਿੰਡ ਆਪਣੇ, ਤੇ ਮਾਈ ਭਾਗੋ ਨੇ ਉਹਨਾਂ ਨੂੰ ਲੱਖ ਲਾਨਤ ਪਾਈ ਤੇ ਮਰਨਾ ਤਾਂ ਹੈਗਾ ਹੀ ਇੱਕ ਦਿਨ,
ਉੱਥੇ ਤੁਸੀਂ ਮਰ ਕੇ ਤਾਂ ਮੁਕਤੀ ਕਮਾ ਜਾਣੀ ਸੀਗੀ ਤੇ ਹੁਣ ਤੁਸੀਂ ਗਧੇ ਦੀ ਜੂਨ ਤੁਸੀਂ ਮਰੋਗੇ। ਉਹਨਾਂ ਨੂੰ ਆਈ ਜਿਹੜਾ ਸ਼ਰਮ ਆਈ, ਕਹਿੰਦੇ ਜਦੋਂ ਬਈ ਮਾਈ ਭਾਗੋ ਨੇ ਤੁਸੀਂ ਘਗਨੀਆਂ ਪਾਓ ਤੇ ਅਸੀਂ ਜਾਂਦੀਆਂ, ਜਦੋਂ ਕਿਹਾ ਤਾਂ ਫਿਰ ਉਹ ਮਾਈ ਭਾਗੋ ਨੇ ਤੋਰ ਲੈ, ਤੋਰ ਕੇ ਤਾਂ ਉਹਨਾਂ ਨੂੰ 40 ਮੁਕਤਿਆਂ ਨੂੰ ਫਿਰ ਸ਼ਹੀਦੀ ਪਾਈ। ਉਹ ਕਾਹਦੇ ਲਈ ਸੀਗੀ? ਪੈਸੇ ਦੀ ਖਾਤਰ ਗਏ ਸੀਗੇ ਉਹ, ਕਿ ਉਹਨਾਂ ਨੂੰ ਜਿਹੜੇ ਹੁੰਦੇ ਨੇ ਮੂਰਖ ਹੁੰਦਾ ਨਾ ਜਿਹੜਾ ਆਦਮੀ, ਜੇ ਸਮਝ ਹੁੰਦਾ ਉਹਨੂੰ ਪੈਸੇ ਦਾ ਸਮਝ ਹੁੰਦੀ ਕਿ ਵੀ ਮਾਲ ਮਤਾ ਕਿੰਨਾ ਮਿਲੇਗਾ। ਤੇ ਇਸ ਕਰਕੇ ਰਣਜੀਤ ਸਿੰਘ ਨੂੰ, ਉਹ ਵੀ ਜੱਟ ਸੀਗਾ ਤੇ ਉਹ ਵੀ ਜੱਟ ਸੀਗੇ, ਉਹਨੂੰ 40 ਸਾਲ ਦਾ ਰਾਜ ਦਿੱਤਾ ਸੀ ਉਹਨਾਂ 40 ਮੁਕਤਿਆਂ ਦੀ ਅਵਜ਼ ਚ। ਇਹ ਜਿਹੜਾ ਰਾਜ ਹੈਗਾ ਕਲਯੁਗ ਚ, ਜੱਟਾਂ ਦੇ ਨਹੀਂ ਹੈਗਾ ਰਾਜ ਕਰ ਸਕਦੇ। ਕ੍ਰਿਸ਼ਨ ਬਲਦੇਵ ਜੀ ਨੇ ਜਦੋਂ ਉਹਨਾਂ ਨੂੰ ਦ੍ਰਿਸ਼ ਦਿਖਾ ਲਏ ਸੀਗੇ ਨਾ ਪਾਂਡੂਆਂ ਨੂੰ, ਵੀ ਹੁਣ ਕਲਯੁਗ ਆ ਰਿਹਾ ਹੈਗਾ ਤੇ ਆਹ ਚੀਜ਼ਾਂ ਹੋ ਰਹੀਆਂ ਨੇ ਉਲਟ ਮਰਿਆਦਾ ਦੇ, ਉਹ ਦੇਖ ਕੇ ਕਹਿੰਦੇ ਏਦਾਂ ਦਾ ਰਾਜ ਨਹੀਂ ਸਾਨੂੰ ਚਾਹੀਦਾ। ਉਹ ਫਿਰ ਉਹਨੇ ਕਿਹਾ ਵੀ ਇਹ ਤਾਂ ਕਲਯੁਗ ਤਾਂ ਆਉਣਾ ਹੀ ਹੈਗਾ, ਜੇ ਨਹੀਂ ਚਾਹੀਦਾ ਤਾਂ ਫਿਰ ਮੈਂ ਨਹੀਂ ਕੁਛ ਕਰ ਸਕਦਾ। ਉਹਨੇ ਫਿਰ ਬਰਫ਼ ਵਿੱਚ ਲੱਗ ਗਏ ਸੀਗੇ, ਯਾਨੀ ਕਿ ਆਪਣੇ ਆਪ ਨੂੰ ਹਟ ਗਏ। ਇਹ ਕਲਯੁਗ ਦਾ ਸਿਹਰਾ ਜਿਹੜਾ ਸੀ ਖੱਤਰੀਆਂ ਦੇ ਨਾਂ 'ਤੇ ਲੱਗਣਾ ਸੀ, ਕਿਉਂ ਤ੍ਰੇਤੇ ਵਿੱਚ ਖੱਤਰੀ ਦੇਵਤਾ ਸਨ, ਕਲਯੁਗ ਵਿੱਚ ਇਹ ਸ਼ੈਤਾਨ ਬਣ ਜਾਂਦੇ, ਬੇਈਮਾਨ ਪਾਖਿਆ ਬਦਲ ਲੈਂਦੇ। ਸਤਿਗੁਰੂ ਨਾਨਕ ਦੇਵ ਜੀ ਤਦੇ ਇਹਨਾਂ ਦੇ ਘਰ ਆਏ ਸੀਗੇ, ਇਹ ਡਾਕਟਰ ਸੀਗੇ ਸਪਿਰਚੁਅਲ, ਇਹ ਬਿਮਾਰ ਸੀਗੇ ਖੱਤਰੀ, ਤੇ ਖੱਤਰੀਆਂ ਨੇ ਇਹਨਾਂ ਨੂੰ ਮਾਰਿਆ ਸੀਗਾ। ਚੰਦੂ ਖੱਤਰੀ ਸੀ, ਸੋਢੀ ਖੱਤਰੀ, ਜਿਹਨੂੰ ਉਹਨਾਂ ਨੂੰ ਅਰਜਨ ਨੂੰ ਮਾਰਿਆ ਸੀਗਾ। ਤੇ ਹੋਰ ਵੀ ਕਈ ਤੁਸੀਂ ਦੇਖੋਗੇ ਮੁੱਲਾ ਬਣ ਕੇ ਉਹ ਕਸ਼ਮੀਰ ਦੇ ਜਿਹੜੇ ਸੀ ਨਾ ਬਾਹਮਣ ਤੇ ਸਰਸੁੱਤ ਤੇ ਖੱਤਰੀ, ਇਹ ਮੁੱਲਾ ਬਣ ਗਏ। ਮੁੱਲਾ ਬਣ ਕੇ ਇਹਨਾਂ ਨੇ ਫਿਰ ਅੱਤ ਚੱਕੀ ਸੀਗੀ ਤੇ ਸੱਚੇ ਪਾਤਸ਼ਾਹ ਸਤਿਗੁਰੂ, ਛੇਵੇਂ ਸਤਿਗੁਰੂ ਤੇਗ ਬਹਾਦਰ ਜੀ ਨੂੰ ਇਹਨਾਂ ਨੇ ਮਾਰਿਆ ਸੀਗਾ। ਸਿੱਖੀ 'ਚ ਗੁਰੂ ਕੋਈ ਵੀ ਨਹੀਂ ਹੈਗਾ, ਗੁਰੂ ਹੁੰਦਾ ਮੋਰਲ ਟੀਚਰ, ਜਿਹੜਾ ਕਿ ਤੁਹਾਨੂੰ ਸਰੀਰਕ ਸਿੱਖਿਆ ਦੇਵੇ, ਜਿਹੜਾ ਤੁਹਾਨੂੰ ਮਨ ਨੂੰ ਦੇਵੇ ਸਿੱਖਿਆ, ਉਹਨੂੰ ਕਹੀਦਾ ਸਤਿਗੁਰੂ ਜਾਂ ਕ੍ਰਾਈਸਟ। ਅੰਤਰ ਸਤਿਗੁਰੂ ਰਾਧੀਏ ਜੀਵਾ ਜਪੇ ਨਾਮ। ਤੇ ਹੁਣ ਕਲਯੁਗ ਹੈਗਾ ਤੇ ਹੁਣ ਤੁਸੀਂ ਦੇਖੋਗੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਠੀਕ ਨਹੀਂ ਹੈਗੀਆਂ, ਉਲਟੀਆਂ ਕਰੀ ਜਾਂਦੇ ਨੇ। ਤੇ ਮਨਮੁੱਖ ਖਾਲਸੇ ਦੀ ਮਿਸਾਲ ਸੀਗੀ ਬੰਦਾ ਬਹਾਦਰ। ਬੰਦਾ ਬਹਾਦਰ ਇੱਕ ਸੋਢੀ ਖੱਤਰੀ ਸੀਗਾ, ਇਹ ਜਿਹੜਾ ਜੰਮੂ ਦਾ, ਤੇ ਇਹ ਸੋਢੀ ਖੱਤਰੀ ਜਿਹੜਾ ਸੀਗਾ ਬੜਾ ਚਤਰ ਚਲਾਕ ਸੀਗਾ। ਸੋਢੀ ਜਿਹੜੇ ਨੇ ਇਹ ਰਾਜ ਕਰਨਾ ਚਾਹੁੰਦੇ ਨੇ, ਸੋਢੀ ਦੀ ਜਿਹੜੀ ਹੋਈ ਹੈ ਪੀੜ੍ਹੀ ਚੱਲ ਪੈਂਦੀ ਹੈ ਨਾ ਆਪਣੇ ਰਾਮਦਾਸ ਜੀ ਤੋਂ, ਤੇ ਇਹ ਫਿਰ ਰਾਜ ਕਰਨਾ ਚਾਹੁੰਦੇ ਨੇ। ਤੇ ਇਹਨੇ ਫਿਰ ਰਾਜ ਕੀਤਾ ਹੋਇਆ ਸੀ ਬੰਦੇ ਬਹਾਦਰ ਨੇ, ਇਹਦਾ ਨਾਂ ਆਪਣਾ ਨਾਂ ਬਦਲਦਾ ਰਹਿੰਦਾ ਸੀਗਾ, ਜਿੱਦਾਂ ਦਾ ਮੌਕਾ ਦੇਖਣਾ ਉੱਦਾਂ ਦਾ ਨਾਂ ਰੱਖ ਲੈਣਾ। ਤੇ ਜਦੋਂ ਉੱਥੇ ਸੱਚੇ ਪਾਤਸ਼ਾਹ ਗੋਬਿੰਦ ਸਿੰਘ ਜੀ ਦੇ ਡੇਰੇ ਗਏ ਤੇ ਇਹਨੇ ਆਪਣੇ ਜਾਦੂ ਟੂਣਾ ਚਲਾਇਆ, ਉਹ ਮੰਜਾ ਨਹੀਂ ਉਲਟਿਆ, ਤੇ ਫਿਰ ਉਹਨੂੰ ਪਤਾ ਲੱਗ ਗਿਆ ਵੀ ਜਿਹੜਾ ਉੱਥੇ ਬੈਠਾ ਹੈਗਾ ਉੱਪਰ ਮੰਜੇ 'ਤੇ ਉਹ ਮੇਰਾ ਉਸਤਾਦ ਹੈਗਾ, ਉਹਦੇ 'ਚੋਂ ਮੈਂ ਸਿੱਖਣਾ ਹੈਗਾ ਕੁਛ। ਇਹ ਸਿੱਖ ਕੇ ਫਿਰ ਉਹਨੂੰ ਮਾਰ ਕੇ ਨਾ ਉਹਦੀ ਜਗ੍ਹਾ ਬੈਠਣ ਦੀ ਕੋਸ਼ਿਸ਼ ਕਰਦਾ ਹੁੰਦਾ ਸੀ। ਅਤੇ ਕਈ ਜਿਹੜੇ ਸੀਗੇ ਆਪਣੇ ਸਾਧੂ, ਉਹ ਉਹਨਾਂ ਨੂੰ ਜਦੋਂ ਪਤਾ ਲੱਗ ਗਿਆ ਵੀ ਇਹਦੀ ਨੀਅਤ ਕੀ ਹੈਗੀ, ਉਹ ਦੌੜ ਜਾਂਦੇ ਸੀਗੇ ਅਤੇ ਇੱਦਾਂ ਉਹ ਸਾਂਭ ਲੈਂਦਾ ਸੀਗਾ ਉਹਨਾਂ ਦਾ ਡੇਰਾ। ਇਸੇ ਤਰ੍ਹਾਂ ਹੀ ਇਹਨੇ ਫਿਰ ਕੀਤਾ ਵੀ ਬੰਦਾ ਬਹਾਦਰ ਜਦੋਂ ਉੱਥੇ ਨਾ ਉਹਦੇ ਚੱਲਿਆ ਜਾਦੂ ਜੁੱਟੂ ਨਾ, ਫਿਰ ਆ ਕੇ ਮੂਹਰੇ ਹੱਥ ਜੋ ਵੀ ਖੜਾ ਹੋ ਗਿਆ ਜੀ, ਅਤੇ ਉਹਨਾਂ ਨੇ ਨਾਂ ਪੁੱਛਿਆ ਵੀ ਕੀ ਨਾਂ ਹੈ ਤੇਰਾ, ਕਹਿੰਦਾ ਬੰਦਾ ਜੀ ਤੁਹਾਡਾ, ਮੈਂ ਮੇਰਾ ਇਹ ਨਾਂ ਹੈਗਾ ਓਪਰਚੂਨਿਸਟ। ਅਤੇ ਕਹਿੰਦੇ ਵੀ ਜੇ ਬੰਦਾ ਤਾਂ ਬੰਦੇ ਵਾਲੇ ਕੰਮ ਕਰ,
ਤੇ ਆਹ ਦੱਸੋ ਜੀ ਬੰਦਿਆਂ ਲਈ ਕਰਦਾ ਉਹ ਜਿੱਦਾਂ ਮਨਮੁੱਖ ਕਰਦਾ ਹੁੰਦਾ ਹੈਗਾ ਵੀ ਜਿੱਦਾਂ ਦਾ ਉਸਤਾਦ ਹੈਗਾ ਮੂਹਰੇ ਉੱਤੇ ਸਿੱਖਣਾ ਹੈਗਾ ਹਲੀਮੀ ਨਾਲ ਸਿੱਖੋਗੇ ਤੁਸੀਂ ਤੇ ਉਹਨੇ ਫਿਰ ਇੱਟ ਨਾਲ ਇੱਟ ਖੜਕਾਈ ਸੀ ਆਪਣੇ ਆਪਣੀ ਸੋਝੀ ਨਾਲ ਉਹਨੇ ਟਕਸਾਲ ਲੁੱਟੀ ਕੈਥਲ ਦੀ ਲੁੱਟ ਕੇ ਤਾਂ ਉਹ ਵੰਡ ਦਿੱਤੇ ਪੈਸੇ ਜਦੋਂ ਵੰਡ ਦਿੱਤੇ ਤਾਂ ਉਹ ਸੌ ਦੀ ਬਜਾਏ 500 ਹੋ ਗਿਆ ਆਦਮੀ ਉਹਦੇ ਨਾਲ ਤੇ ਨੈਕਸਟ ਹੋਰ ਵੀ ਟਕਸਾਲਾਂ ਲੁੱਟੀਆਂ ਤੇ ਲੋਕਾਂ ਨੇ ਬੜੇ ਖੁਸ਼ ਹੋਏ ਫਿਰ ਉਹਨੇ ਹਮਲਾ ਸਰਹੰਦ ਦੀ ਇੱਟ ਨਾਲ ਇੱਟ ਖੜਕਾਈ ਜਦੋਂ ਉਹ ਸਾਰਾ ਜਦੋਂ ਸੀਗਾ ਉਹ ਕਰ ਰਿਹਾ ਕੰਮ ਸੱਚੇ ਪਾਤਸ਼ਾਹ ਗੋਬਿੰਦ ਸਿੰਘ ਜੀ ਨੇ ਉਹਨੂੰ ਕਿਹਾ ਸੀ ਇਹ ਕਰਨਾ ਹੈਗਾ ਜਦੋਂ ਤਾਈ ਉਹਨੇ ਵਿਆਹ ਨਹੀਂ ਕੀਤਾ ਆਪਣਾ ਤੇ ਦੁਨਿਆਵੀ ਬਣ ਕੇ ਗੁਰੂ ਨਹੀਂ ਬੈਠਾ ਤੇ ਨਾ ਉਹ ਦੁਨਿਆਵੀ ਰਾਜ ਦਾ ਉਹਨੂੰ ਸੀਗਾ ਉਦੋਂ ਤਾਈ ਤਾਂ ਸੱਚੇ ਪਾਤਸ਼ਾਹ ਗੋਬਿੰਦ ਸਿੰਘ ਜੀ ਦਾ ਹੱਥ ਉਹਦੇ ਉੱਪਰ ਸੀਗਾ ਪਰ ਜਦੋਂ ਉਹਨੇ ਵਿਆਹ ਕਰ ਲਿਆ ਉਹਨੂੰ ਗੁਬੰਡ ਹੋ ਗਿਆ ਨਾ ਵੀ ਮੇਰੀ 'ਚ ਤਾਕਤ ਆ ਗਈ ਹੁਣ ਫਿਰ ਉਹਨੇ ਵਿਆਹ ਕਰ ਲਿਆ ਖਾਲਸਾ ਵਿਆਹ ਨਹੀਂ ਕਰਦਾ ਕਿਉਂ ਖਾਲਸਿਆਂ ਨੇ ਸਿਰ ਕਟਾਇਆ ਹੁੰਦਾ ਹੈਗਾ ਦਾਨ ਦਿੱਤਾ ਹੁੰਦਾ ਆਪਣਾ ਸਿਰ ਤੇ ਨਾ ਹੀ ਉਹ ਕੋਈ ਜ਼ਮੀਨ 'ਤੇ ਕਬਜ਼ਾ ਕਰਦਾ ਹੈਗਾ ਇਹ ਬੰਦਾ ਬਹਾਦਰ ਫਿਰ ਆਪਣੀ ਉਹ ਪਤਾ ਲੱਗ ਗਿਆ ਮੇਰੀ ਬੜੀ ਚੱਲਦੀ ਹੈਗੀ ਤਾਂ ਉਹਨੇ ਕਰ ਦਿੱਤਾ ਸ਼ੁਰੂ ਕੰਮ ਵੀ ਕਬਜ਼ਾ ਕਰਨਾ ਤੇ ਪੈਸੇ ਲੈਣੇ ਲੋਕਾਂ ਤੋਂ ਪਰ ਉਹ ਕਰ ਜਾਂਦਾ ਰਿਹਾ ਫਿਰ ਜਦੋਂ ਹੱਥ ਚੱਕਿਆ ਗਿਆ ਸੱਚੇ ਪਾਤਸ਼ਾਹ ਗੋਬਿੰਦ ਸਿੰਘ ਜੀ ਦਾ ਫਿਰ ਉਹ ਫੜਿਆ ਗਿਆ ਜਦੋਂ ਫੜਿਆ ਗਿਆ ਤਾਂ ਜਦੋਂ ਤੁਸੀਂ ਇਹ ਦਿੰਦੇ ਸੀ ਕਹਿੰਦਾ ਮੈਨੂੰ ਪਤਾ ਵੀ ਇਹਨੂੰ ਕਿਉਂ ਮਿਲ ਰਹੇ ਨੇ ਤੇ ਇਹ ਸੀਗਾ ਮਨਮੁੱਖ ਬੰਦਾ ਬਹਾਦਰ ਮਲੇਸ਼ ਖਾਲਸਾ ਮਨਮੁੱਖ ਬੜਾ ਚਤੁਰ ਚਲਾਕ ਹੁੰਦਾ ਹੈਗਾ ਚੰਗੇ ਕੰਮ ਕਰਕੇ ਫਿਰ ਬਾਅਦ ਵਿੱਚ ਆਪਣੀ ਪੁਰਾਣੀਆਂ ਆਦਤਾਂ 'ਤੇ ਆ ਜਾਂਦਾ ਯਾਨੀ ਕਿ ਕੁੱਤੇ ਦੀ ਪੂਛ ਹੁੰਦਾ ਹੈਗਾ ਇਹ ਆਪਣੀ ਹਟਦਾ ਨਹੀਂ ਆਪਣੀ ਆਦਤ ਤੋਂ ਮਨ ਦੇ ਮੁਤਾਬਿਕ ਚੱਲਦਾ ਆਪਣੀਆਂ ਤਰੀਫਾਂ ਪਾਲਦਾ ਪਾਰਬ੍ਰਹਮ ਦੀਆਂ ਨਹੀਂ ਅਕਾਲ ਪੁਰਖ ਦੀਆਂ ਨਹੀਂ ਸਿਫਤਾਂ ਪਰਉਪਕਾਰ ਕਰਕੇ ਜਿਹੜੇ ਪਰਉਪਕਾਰ ਕਰਦੇ ਸੀਗੇ ਜਿਹਨਾਂ ਨੂੰ ਸੋਝੀ ਸੀਗੀ ਉਹ ਇਹਦੇ ਤੋਂ ਹਟ ਗਏ ਸੀ ਫਿਰ ਉਹਨੇ ਵਿਆਹ ਕਰਾ ਲਿਆ ਤੇ ਦੁਨਿਆਵੀ ਰਾਜ ਮਗਰ ਪੈ ਗਿਆ ਉਹ ਹਟ ਗਏ ਉਹਨਾਂ ਨੂੰ ਤੱਤ ਖਾਲਸਾ ਕਹਿੰਦੇ ਨੇ ਫਿਰ ਤੱਤ ਖਾਲਸੇ ਨੇ ਜਦੋਂ ਉਹ ਫੜਿਆ ਗਿਆ ਸੀ ਤਾਂ ਉਹ ਕਹਿੰਦਾ ਸੀ ਆਓ ਮੇਰੀ ਮਦਦ ਕਰੋ ਉਹਨਾਂ ਨੇ ਨਹੀਂ ਕੀਤੀ ਕਿ ਮਨਮੁੱਖ ਦਾ ਤੁਸੀਂ ਵਿਸਾਰ ਨਹੀਂ ਕਰ ਸਕਦੇ ਲੋਭੀ ਦਾ ਵਿਸਾਰ ਨਾ ਕੀਜੀਏ ਚਾਕੋ ਪਾਰ ਵਸਾਏ ਜੇ ਦਰਿਆ ਪਾਰ ਵੀ ਵਸਦੇ ਤਦ ਵੀ ਨਹੀਂ ਉਹਦਾ ਲੋਭੀ ਦਾ ਵਿਸਾਰ ਕਰਨਾ ਇਸ ਕਰਕੇ ਇਹ ਮਨਮੁੱਖ ਖਾਲਸਾ ਸੀਗਾ ਇਹਨੂੰ ਗੁਰਦੁਆਰੇ 'ਚ ਜਾਂ ਹੋਰ ਜਗ੍ਹਾ ਬੜਾ ਬੜਾ ਕਰਦੇ ਬੰਦਾ ਬਹਾਦਰ ਜੀ ਆ ਗਿਆ ਜੀ ਫੋਟੋ ਲਾਈਆਂ ਅਤੇ ਸਭ ਕੁਛ ਕੀਤਾ ਜਿੱਦਾਂ ਭਿੰਡਰਾਂ ਵਾਲੇ ਦੀਆਂ ਲਾਈਆਂ ਨੇ ਭਿੰਡਰਾਂ ਵਾਲਾ ਨਾ ਸਿੱਖ ਸੀਗਾ ਨਾ ਖਾਲਸਾ ਸੀਗਾ ਟੈਰਰਿਸਟ ਸੀਗਾ ਉੱਥੇ ਹਰਿਮੰਦਰ ਸਾਹਿਬ ਦੋ ਚੀਜ਼ਾਂ ਨੇ ਹਰ ਹਰਿਮੰਦਰ ਹੈਗਾ ਸਿੱਖਾਂ ਲਈ ਸਿੱਖ ਭਗਤਾਂ ਲਈ ਅਤੇ ਅਕਾਲ ਤਖ਼ਤ ਹੈਗਾ ਨਿਰਮਲੇ ਸੰਤਾਂ ਲਈ ਅਤੇ ਸੱਚੇ ਪਾਤਸ਼ਾਹ ਗੋਬਿੰਦ ਸਿੰਘ ਜੀ ਨੇ ਫਿਰ ਤੀਜਾ ਪੰਥ ਇਹਨੂੰ ਕਹਿੰਦੇ ਖਾਲਸਾ ਇਹ ਸਜਾਇਆ ਸੀਗਾ ਉਹਦੇ ਬਾਅਦ ਜਿਹੜੇ ਜਿਹਨਾਂ ਨੇ ਅੰਮ੍ਰਿਤ ਛਕਿਆ ਸੀ ਉਹਨਾਂ 'ਚੋਂ ਕਈ ਕਹਿੰਦੇ ਸੀ ਅਸੀਂ ਜੀ ਗਿਆਨ ਅਸੀਂ ਗਿਆਨ ਦਾ ਪ੍ਰਚਾਰ ਕਰਨਾ ਹੈਗਾ ਉਹਨਾਂ ਦੀ ਜਿਹੜੀ ਸੀਗੀ ਨਾ ਇਨਕਲੀਨੇਸ਼ਨ ਉਹ ਗਿਆਨ ਵੱਲ ਸੀਗੀ ਉਹਨਾਂ ਨੇ ਫਿਰ ਉਹਨਾਂ ਨੇ ਕਾਂਸ਼ੀ ਘੱਲਿਆ ਸੀਗਾ ਜਾਓ ਉੱਥੇ ਜਾ ਕੇ ਸਿੱਖੋ ਜਦੋਂ ਪਹਿਲੀ ਵਾਰੀ ਗਏ ਉਹਨਾਂ ਨੇ ਕੱਪੜੇ ਪਾਏ ਸੀ ਆਪਣੇ ਅਤੇ ਪਗਵੇ ਨਹੀਂ ਸੀ ਪਾਏ ਨੀਲੇ ਅਤੇ ਉਹਨਾਂ ਨੇ ਫਿਰ ਪੁੱਛਿਆ ਵੀ ਬ੍ਰਾਹਮਣਾਂ ਨੇ ਵੀ ਤੁਹਾਡੀ ਜਾਤ ਕੀ ਹੈਗੀ ਕੋਈ ਜਿਹੜੀ ਵਿਦਿਆ ਹੈਗੀ ਨਾ ਬ੍ਰਾਹਮਣ ਬਣਨ ਦੀ ਅਤੇ ਉਹਨਾਂ ਨੂੰ ਦਿੱਤੀ ਜਾਂਦੀ ਜਿਹੜੇ ਜਿਹਨਾਂ ਨੇ ਜਿਹੜੇ ਬ੍ਰਾਹਮਣ ਦਾ ਕੰਮ ਕਰਦੇ ਨੇ ਸਾਰਸਵਤ ਹੋਇਆ ਗੌਡ ਹੋਇਆ ਮੁਰਿਆਲ ਹੋਇਆ ਏਦਾਂ ਦੇ ਅਤੇ ਉਹ ਸੀਗੇ ਬਾਲੇ ਜੱਟ ਜਾਂ ਹੋਰ ਕੌਮਾਂ ਦੇ ਉਹਨਾਂ ਨੇ ਉਹਨਾਂ ਨੂੰ ਇਨਕਾਰ ਕਰ ਦਿੱਤਾ ਵੀ ਤੁਸੀਂ ਨਹੀਂ ਲੈ ਸਕਦੇ ਵਿਦਿਆ ਤੁਹਾਡੇ ਲਈ ਨਹੀਂ ਹੈਗੀ ਉਹ ਫਿਰ ਉਹ ਸੱਚੇ ਪਾਤਸ਼ਾਹ ਜੀ ਗੋਬਿੰਦ ਸਿੰਘ ਜੀ ਕੋ ਗਏ ਅਤੇ ਉਹਨਾਂ ਨੇ ਉਹਨਾਂ ਨੂੰ ਫਿਰ ਭਗਵੇਂ ਕੱਪੜੇ ਪਾ ਕੇ ਭੇਜਿਆ ਭਗਵੇਂ ਹੁੰਦੇ ਨੇ
ਸੰਤਾਂ ਦੇ ਸਾਧੂਆਂ ਦੇ ਸਾਧੂਆਂ ਦੀ ਜਾਤ ਨਹੀਂ ਹੁੰਦੀ, ਉਹ ਇੰਪਲੀਸਿਟ ਹੁੰਦੀ ਗੀ। ਤੇ ਉਹ ਜਦੋਂ ਭਗਵੇਂ ਪੱਕਾ ਪਾ ਕੇ ਘੱਲਿਆ ਤੇ ਫਿਰ ਉਹਨਾਂ ਇਨਕਾਰ ਨਹੀਂ ਕੀਤਾ, ਫਿਰ ਉਹਨਾਂ ਨੂੰ ਵਿਦਿਆ ਦਿੱਤੀ। ਜਦੋਂ ਵਿਦਿਆ ਦਿੱਤੀ ਸੀਗੀ ਫਿਰ ਉਹ ਵਾਪਸ ਜਦੋਂ ਲੈ ਕੇ ਤੇ ਵਾਪਸ ਆਏ ਸੱਚੇ ਪਾਤਸ਼ਾਹ ਗੋਬਿੰਦ ਸਿੰਘ ਜੀ ਕੋਲ, ਉਹਨਾਂ ਨੇ ਉਹਨਾਂ ਦੇ ਭਗਵੇਂ ਕੱਪੜੇ ਉਤਾਰ ਕੇ ਉਹਨਾਂ ਦੇ ਚਿੱਟੇ ਕੱਪੜੇ ਪਾ ਦਿੱਤੇ, ਬਾਕੀ ਸਭ ਕੁਛ ਚਿੱਟਾ। ਤੇ ਇਹਨਾਂ ਨੂੰ ਕਹਿੰਦੇ ਨਿਰਮਲੇ ਸੰਤ। ਇਹ ਨਿਰਮਲੇ ਸੰਤ ਬੋਝੇ 'ਚ ਪੈਸਾ ਨਹੀਂ ਪਾਉਂਦੇ। ਜਿਹੜਾ ਨਿਰਮਲਾ ਸੰਤ ਤੁਹਾਡੇ ਤੋਂ ਪੈਸਾ ਲੈ ਲੈਂਦਾ ਨਾ, ਉਹ ਨਿਰਮਲਾ ਸੰਤ ਨਹੀਂ ਹੈਗਾ, ਇੱਕ ਸੰਤ ਹੈਗਾ ਉਹ। ਇਹ ਮੁਫਤ ਦਿੰਦੇ ਨੇ, ਪ੍ਰਚਾਰ ਕਰਦੇ ਨੇ, ਮੁਫਤ ਸਭ ਕੁਛ ਕਰਦੇ ਨੇ। ਤੇ ਇਹ ਗੱਲ ਹੈਗੀ ਕਿ ਹੁਣ ਇਹ ਸਾਰਾ ਸਾਰਾ ਜਿਹੜਾ ਗਿਆਨ ਹੈਗਾ ਮੇਰਾ ਇੱਥੇ ਕਿਤਾਬ ਹੈਗੀ ਪੰਜਾਬੀ 'ਚ, ਇਹਦੇ 'ਚ ਦਿੱਤੀ ਹੈਗੀ ਆਹ ਕਿਤਾਬ ਹੈਗੀ, ਇਹ ਤੁਹਾਨੂੰ ਮਿਲ ਜਾਏਗੀ ਆਪਣੇ ਇੰਟਰਨੈਟ 'ਤੇ ਕੱਖ ਉਹ ਲੈ ਲੱਗ। ਤੇ ਇਹਦੇ 'ਚ ਸਾਰਾ ਕੁਝ ਦਿੱਤਾ, ਇਹਦੇ 'ਚ ਰਿਵੀਜ਼ਨ ਕਰਨ ਵਾਲੀ ਸੀ ਕਿ ਕਈ ਚੀਜ਼ਾਂ ਜਿਹੜੀਆਂ ਸੀਗੀਆਂ ਨਾ, ਜਿੱਦਾਂ ਸੱਚੇ ਪਾਤਸ਼ਾਹ ਗੋਬਿੰਦ ਸਿੰਘ ਜੀ ਨੇ ਗੋਬਿੰਦ ਰਾਏ ਜੀ ਨੇ ਉਹਨਾਂ ਦੇ ਸਿਰ ਲਾਏ ਸੀ ਨਾ ਆਪਣੇ ਸਟੇਜ 'ਤੇ, ਉਹਦੀ ਬਜਾਏ ਮੈਂ ਉਹੀ ਪਾਇਆ ਜਿਹੜੇ ਵੀ ਉਹਨਾਂ ਤੰਬੂ 'ਚ ਲੈ ਗਏ ਜੀ, ਇੱਦਾਂ ਕੀਤਾ ਜੀ। ਉਦੋਂ ਮੈਂ ਸੋਝੀ ਨਹੀਂ ਸੀਗੀ, ਜਦੋਂ ਮੈਂ ਪੜ੍ਹਿਆ ਨਾ ਉਹਨਾਂ ਦਾ ਸਿੱਖ ਨੈਟ 'ਤੇ ਕਹਿੰਦੇ ਜੀ ਕੋਈ ਕਿਸੇ ਦਾ, ਜਦੋਂ ਉਹਨਾਂ ਦੀ ਪੜ੍ਹਿਆ ਵੀ ਆਹ ਸੀਗਾ, ਫਿਰ ਮੈਂ ਕਿਹਾ ਤਾਂ ਠੀਕ ਲੱਗਦਾ ਹੈਗਾ, ਇਹ ਗਲਤ ਹੈਗਾ, ਤੰਬੂ 'ਚ ਤਾਂ ਚੋਰ ਲੈ ਕੇ ਜਾਂਦਾ ਹੈਗਾ, ਸਾਹਮਣੇ ਉਹਨਾਂ ਨੇ ਕੀਤਾ ਸੀਗਾ। ਇਸ ਕਰਕੇ ਉਹਨਾਂ ਨੇ ਫਿਰ ਚਾਰ ਵਰਨ ਹੁੰਦੇ ਨੇ, ਚਾਰ ਉਹਨਾਂ ਨੇ ਸੱਚੇ ਤਖ਼ਤ ਸਜਾਏ ਸੀਗੇ ਚੌਂ ਵਰਨਾਂ ਦੇ ਹਿਸਾਬ ਨਾਲ। ਅਤੇ ਪਹਿਲਾ ਹੈਗਾ ਸ਼ੂਦਰ ਵਰਨ, ਸ਼ੂਦਰ ਹੁੰਦਾ ਸੇਵਾਦਾਰ, ਸੇਵਾਦਾਰ ਨੂੰ ਤੁਸੀਂ ਜੇ ਹਾਕ ਮਾਰੋ ਨਾ ਉਹ ਕਹਿੰਦਾ ਹਜ਼ੂਰ ਆਇਆ, ਯਾਨੀ ਕਿ ਜਿੱਦਾਂ ਫੌਜ 'ਚ ਹੁੰਦਾ ਨਾ ਵੀ ਨੌਕਰ ਹੈਗਾ ਰੱਖਿਆ ਤਾਂ ਉਹ ਅਫਸਰ ਮਾਰਦਾ ਨਾ ਆਵਾਜ਼ ਉਹਨੂੰ, ਉਹ ਕਹਿੰਦਾ ਹਜ਼ੂਰ ਆਇਆ, ਇਸ ਕਰਕੇ ਹਜ਼ੂਰ ਸਾਹਿਬ ਹੈਗਾ ਨੌਂ ਉਹਦਾ ਪਾਇਆ। ਅਤੇ ਦੂਜੇ ਦਾ ਹੈਗਾ ਪਟਨਾ ਸਾਹਿਬ ਵੈਸ਼ ਵਰਨ, ਵੈਸ਼ ਦਾ ਕੰਮ ਕਰਦੇ ਨੇ ਜਿਹੜੇ ਸਿਆਣੇ ਹੁੰਦੇ, ਅਤੇ ਪੱਟਣ ਜਿਹੜੀ ਹੁੰਦੀ ਮੰਡੀ ਉਹਨਾਂ ਦਾ ਘਰ ਹੁੰਦਾ ਹੈਗਾ, ਇਸ ਕਰਕੇ ਪਟਨਾ ਸਾਹਿਬ ਉਹਦਾ ਨਾਮ ਪਾਇਆ ਹੈਗਾ। ਤੀਜਾ ਹੈਗਾ ਕੇਸਗੜ੍ਹ, ਕੇਸ ਹੈਗੇ ਨੇ ਕਸ਼ਤਰੀ ਵਰਨ ਦੇ, ਜਦੋਂ ਤੀਜੇ ਆਸ਼ਰਮ ਵਿੱਚ ਲਿਜਾਓ ਦਾੜੀ ਅਤੇ ਪੱਗ ਪੁੱਗ ਇਹ ਹੋਣੀ ਚਾਹੀਦੀ ਹੈਗੀ। ਮੇਰੇ ਬਾਲ ਮੁੰਨੇ ਹੋਏ ਸੀਗੇ, ਮੈਂ 1947 'ਚ ਬੋਲ ਰਿਹਾ ਸੀਗੇ, ਜਦੋਂ ਇੰਡੀਆ 'ਚ ਆ ਗਿਆ ਪਾਕਿਸਤਾਨ ਤੋਂ ਇੰਡੀਆ ਆ ਗਿਆ, ਉੱਥੇ ਸੀਗੇ ਆਪਣੇ ਰਿਸ਼ਤੇਦਾਰ ਅਤੇ ਖੂਹ ਦੇ 'ਚ ਬੱਚੇ, ਉਹਨਾਂ ਨੇ ਨਹਾਉਣਾ ਨੂਣਾ, ਅਤੇ ਉਹ ਕਹਿੰਦੇ ਤੇਰੇ ਬਾਲ ਬਹੁਤ ਵੱਡੇ ਨੇ, ਕਟਾਲਾ ਅਤੇ ਜਿਹੜਾ ਤੇਰਾ ਹੋਸ਼ ਆ ਜੂਗੀ। ਅਤੇ ਮੈਂ ਉਹ ਕਟਾ ਲਿਆ, ਉੱਥੇ ਕਟਾ ਕੇ ਤਾਂ ਫਿਰ ਬੜਾ ਆਨੰਦ ਆਇਆ, ਪਾਣੀ ਦੇ ਵਿੱਚ ਨਹਾਉਣਾ ਅਤੇ ਰੋਜ਼ ਦੁੱਧਿਆਂ ਨੂੰ ਤੇਲ ਲਾਉਣਾ, ਅੱਗੇ ਹਫ਼ਤੇ ਬਾਅਦ ਨਹਾਉਣਾ ਅਤੇ ਉਹ ਵੀ ਚੀਕਣਾ ਦੁਖਣੇ, ਅਤੇ ਬਹੁਤ ਹਵਾ ਵਗੇ ਬੜੀ ਮਜ਼ਾ ਆਵੇ। ਅਤੇ ਫਿਰ 1980 'ਚ 81 'ਚ ਜਦੋਂ ਫਾਦਰ ਉਹਨਾਂ ਦੀ ਡੈਥ ਹੋਈ, ਉਹਦੇ ਤੋਂ ਬਾਅਦ ਫਿਰ ਮੈਂ ਰੱਖੇ। ਅਤੇ ਇਹ ਜਿਹੜੀ ਪਗੜੀ ਦੀ ਦਾੜੀ ਤੁਸੀਂ ਸੋਝੀ ਨਾ ਰੱਖੋ ਵੀ ਕਿਉਂ ਰੱਖਦੇ ਹੈਗੇ, ਐਵੇਂ ਨਾ ਰਿਵਾਜ਼ 'ਚ ਨਾ ਪਾਓ, ਰਿਵਾਜ਼ ਅੰਨਾ ਅੰਨਾ ਜਿਹੜਾ ਦੂਜਿਆਂ ਦੇ ਮਗਰ ਲੱਗਦਾ ਹੈਗਾ। ਫਿਰ ਉਹਨਾਂ ਦੇ ਜਿਹੜੇ ਨਿਰਮਲੇ ਸੰਤਾਂ ਦਾ ਜਿਹੜਾ ਤਖ਼ਤ ਹੈਗਾ ਉਹ ਹੈਗਾ ਅਕਾਲ ਤਖ਼ਤ। ਸੋ ਸੱਚੇ ਪਾਤਸ਼ਾਹ ਗੋਬਿੰਦ ਸਿੰਘ ਜੀ ਨੇ ਫਿਰ ਉਹਨਾਂ ਨੂੰ ਕਿਹਾ ਜਾਓ ਆਪਣੇ ਤਖ਼ਤ 'ਤੇ ਬੈਠੋ ਜਾ ਕੇ ਅਕਾਲ ਤਖ਼ਤ। ਜਦੋਂ ਇੱਧਰ ਆਏ ਤੇ ਜਿੱਦਾਂ ਖੱਤਰੀਆਂ ਨੇ ਉਹ ਤੇਗ ਬਹਾਦਰ ਜੀ ਨੂੰ ਉਹਨੇ ਅੰਦਰ ਬੁਲਾ ਦਿੱਤਾ, ਕੁੰਡਾ ਲਾ ਲਿਆ ਸੀਗਾ, ਬਾਹਰ ਹੀ ਕਰ ਦਿੱਤਾ ਸੀਗਾ। ਤੇ ਏਦਾਂ ਹੀ ਇਹਨਾਂ ਨੇ ਕੀਤਾ ਉਹਨਾਂ ਨਿਰਮਲੇ ਸੰਤਾਂ ਨੂੰ, ਖੱਤਰੀਆਂ ਨੇ ਉਹਨਾਂ ਨੇ ਥੱਲੇ ਚੱਕ ਕੇ ਮਾਰਿਆ ਤੇ ਉਹਨਾਂ ਨੇ ਬਾਹਰ ਡੇਰਾ ਲਾ ਲਿਆ ਆਪਣੇ ਅੰਮ੍ਰਿਤਸਰ।
ਤੇ ਇਸ ਕਰਕੇ ਇਹਨਾਂ ਨੇ ਖੱਤਰੀਆਂ ਨੇ ਅੰਧੇਰਾ ਪਾ ਦਿੱਤਾ, ਰੋਸ਼ਨੀ ਉਸਨੂੰ ਨਹੀਂ ਚਾਹੀਦੀ ਸੀਗੀ। ਪ੍ਰਿਥੀ ਚੰਦੇ ਲਾਲਚੀ ਮਨਮੁਖ, ਪ੍ਰਿਥੀ ਚੰਦ ਮਨਮੁਖ ਸੀਗਾ ਤੇ ਸੱਚੇ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਜੀ ਗੁਰਮੁਖ ਸਿੱਖ ਸਨ। ਇਹ ਸਾਰੀ ਕਿਤਾਬ ਵਿੱਚ ਲਿਖਿਆ ਹੈਗਾ ਤੇ ਬਾਕੀ ਹੈਗਾ ਤੇ ਇਹਨਾਂ ਦੇ ਜਿਹੜਾ ਹੈਗਾ ਇਹ ਹੈਗੇ ਨੇ ਜਿਹੜੇ ਸਿੱਖੀ ਚ ਗੁਰੂ ਕੋਈ ਨਹੀਂ ਹੈਗਾ, 6 ਸਤਿਗੁਰੂ ਹੋਏ ਨੇ, 4 ਸੱਚੇ ਪਾਤਸ਼ਾਹ ਹੋਏ ਨੇ। ਇਹਦੇ ਚ ਗਲਤੀ ਹੈਗੀ, ਉਹ ਫਿਰ ਮੈਂ ਨੈਕਸਟ ਟਾਈਮ ਮੈਂ ਕਰਾਂਗਾ ਇਹਨੂੰ ਠੀਕ, ਤੇ ਨਾਲੇ ਇਹਦਾ ਮੈਂ ਇਹ ਮੇਰਾ ਟੀ ਸ਼ਰਟ ਡਿਜ਼ਾਇਨ ਹੈਗਾ, ਜਦੋਂ ਕਿਤੇ ਹੁੰਦਾ ਸਿੱਖੀ ਦਾ ਮੇਲਾ ਉਦੋਂ ਪਾ ਕੇ ਜਾਂਦਾ। ਲੇਕਿਨ ਕੋਈ ਗਾਹਕ ਨਹੀਂ ਹੈਗਾ, ਗਾਹਕ ਵਿਰਲਾ ਹੁੰਦਾ ਹੈਗਾ ਇਸ ਚੀਜ਼ ਦਾ। ਤੇ ਇਸ ਕਰਕੇ ਤੁਹਾਨੂੰ ਕੋਈ ਸ਼ਰਮ ਨਹੀਂ ਆਉਣੀ ਚਾਹੀਦੀ। ਸਤਿਗੁਰੂ ਤੇਗ ਬਹਾਦਰ ਜੀ ਜਿਹੜੇ 6ਵੇਂ ਸਤਿਗੁਰੂ ਸਨ, ਉਹ ਦੱਸ ਗਏ ਨੇ ਕੋਟਨ ਮੇਂ ਏਕ ਸਿੱਖ ਹੁੰਦਾ ਹੈਗਾ, ਬਾਕੀ ਜਿਹੜੇ ਆ ਉਹ ਨਾਮ ਤੋਂ ਡਰਦੇ ਨੇ, ਤੇ ਸਿੱਖ ਜਿਹੜਾ ਹੈਗਾ ਬਹੁਤ ਘੱਟ ਮਿਲਦੇਗਾ। ਆਹ ਜਿਹੜੇ ਬਨੌਟੀ ਸਿੱਖ ਹੈਗੇ ਨੇ ਬਣੇ ਹੋਏ ਦਾੜੀ ਤੇ, ਦਾੜੀ ਤੇ ਪੱਗ ਰੱਖ ਲਈ ਜੀ ਸਿੱਖ, ਇਹ ਬਨੌਟੀ ਸਿੱਖ ਜਿਹੜੇ ਸੀਗੇ ਉਹ ਮਰੇ ਸੀਗੇ ਉੱਥੇ ਦਿੱਲੀ। ਸਿੱਖ ਨਾਦੀ ਰੂਪ ਹੈਗਾ, ਇਹ ਨਾ ਜੰਮਿਆ ਤੇ ਨਾ ਮਰਿਆ। ਮੈਂ ਜੱਟ ਹੈਗਾ, ਜੱਟ ਜੰਮਿਆ, ਜੱਟ ਹੀ ਮਰੇਗਾ ਨਾ। ਰੋੜਾ, ਖੱਤਰੀ, ਤਰਖਾਣ, ਲੁਹਾਰ ਇਹ ਜੰਮੇ ਸੀ, ਇਹ ਮਰੇ ਸੀਗੇ 1984 ਚ ਤੇ 1947 ਚ। ਸਿੱਖ ਇੱਕ ਵੀ ਨਹੀਂ ਮਰਿਆ, ਨਾ ਹਿੰਦੂ ਮਰਿਆ, ਨਾ ਸਿੱਖ ਮਰਿਆ, ਨਾ ਮੁਸਲਮਾਨ। ਇਹ ਜਿਹੜੇ ਹੈਗੇ ਨੇ ਰੂਹਾਨੀ ਹੈਗੇ ਨੇ, ਸਪਿਰਚੁਅਲ ਸੈਲਫ, ਜਿਸਮ ਨਹੀਂ ਹੈਗੇ। ਇਸ ਕਰਕੇ ਤੁਸੀਂ ਆਪਣੇ ਪਹਿਲਾਂ ਜਿਸਮ ਦੇ ਪਿਓ ਦੀ ਸੁਰਤੀ ਕਰੋਗੇ, ਫਿਰ ਤੁਹਾਨੂੰ ਪਾਰਬ੍ਰਹਮ ਦਾ ਭੇਦ ਆਏਗਾ। ਤੇ ਅੱਗੇ ਤੁਹਾਡੀ ਮਰਜ਼ੀ ਤੇ, ਬਾਕੀ ਮੇਰਾ ਆਰਟੀਕਲ ਪੜ੍ਹ ਲਿਆ ਜੇ ਸਾਰਾ, ਇੱਥੇ ਮੈਂ ਬੋਲਣਾ ਤੇ ਬਹੁਤ ਚਿਰ ਲੱਗ ਜਾਣਾ।